ਪੰਜਾਬ ਵਿੱਚ ਨਸ਼ੇ ਨੂੰ ਬੰਦ ਕਰਵਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਿਹਾਲ ਸਿੰਘ ਵਾਲਾ ਪੁਲਿਸ ਨੇ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਪਿੰਡ ਮਾਣੂਕੇ ਗਿੱਲ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਮੇਵਾ ਸਿੰਘ ਅਤੇ ਸਾਧੂ ਸਿੰਘ ਨਾਮਕ ਵਿਅਕਤੀਆਂ ਦੇ ਘਰ ਛਾਪਾਮਾਰੀ ਕਰਕੇ 1000 ਲੀਟਰ ਲਾਹਣ ਅਤੇ 300 ਲੀਟਰ ਦੇਸੀ ਸ਼ਰਾਬ ਬਰਾਮਦ ਕੀਤੀ। ਇਸ ਮੌਕੇ ਥਾਣਾ ਮੁਖੀ ਲਛਮਣ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੇਵਾ ਸਿੰਘ ਅਤੇ ਸਾਧੂ ਸਿੰਘ ਦੋਨੇ ਭਰਾ ਦੇਸੀ ਸ਼ਰਾਬ ਦਾ ਧੰਦਾ ਕਰਦੇ ਹਨ ਅਤੇ ਛਾਪੇਮਾਰੀ ਦੌਰਾਨ ਪੁਲਿਸ ਨੇ ਦੋਨਾਂ ਨੂੰ ਲਾਹਣ ਅਤੇ ਦੇਸੀ ਸ਼ਰਾਬ ਸਮੇਤ ਕਾਬੂ ਕਰ ਲਿਆ। 18/7 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਮੇਵਾ ਸਿੰਘ ਅਤੇ ਸਾਧੂ ਸਿੰਘ ਪੁੱਤਰਾਂ ਸਰਵਣ ਸਿੰਘ ਆਪਣੇ ਵਾੜੇ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕਰਕੇ ਅੱਗੇ ਲੋਕਾਂ ਨੂੰ ਸਪਲਾਈ ਕਰਦੇ ਆ। ਇਸ 'ਤੇ ਅਸੀਂ FIR ਦਰਜ ਕਰਕੇ ਉਹਦੇ ਘਰ ਵਾੜੇ 'ਚ ਰੇਡ ਕੀਤਾ, ਜਿੱਥੋਂ ਕਰੀਬ ਸਾਨੂੰ 6 ਡਰੰਮ ਕਰੀਬ 1200 ਲੀਟਰ ਲਾਹਣ, 15 ਲੀਟਰ ਅਲਕੋਹਲ, 2 ਗੈਸ ਸਿਲੰਡਰ, 1 ਗੈਸ ਭੱਠੀ, ਡਰੰਮ ਵੱਡੇ 2, 5 ਕੈਨੀਆਂ ਪਲਾਸਟਿਕ ਦੀਆਂ ਅਤੇ ਚਾਲੂ ਭੱਠੀ ਸਾਨੂੰ ਮਿਲੀ ਆ। ਅਸੀਂ ਦੋਨਾਂ 'ਤੇ FIR ਲੌਂਚ ਕਰਤੀ ਆ ਅਤੇ ਕਾਰਵਾਈ ਅਮਲ 'ਚ ਲੈਂਦੀ ਆ। ਸਰ, ਕੌਣ ਕੌਣ ਜਿਹੜੇ ਹੈਗੇ ਆ, ਕਿਹਨਾਂ 'ਤੇ ਕਾਰਵਾਈ ਆ, ਕੌਣ ਕੌਣ ਆ ਜੀ ਇਹਦੇ ਵਿੱਚ ਇਨਵੋਲਵ? ਮੇਵਾ ਸਿੰਘ ਅਤੇ ਸਾਧੂ ਸਿੰਘ ਦੋਨੇ ਭਰਾ ਹੀ ਆ, ਪੁੱਤਰਾਂ ਸਰਵਣ ਸਿੰਘ ਵਾਸੀ ਮਾਣੂਕੇ ਗਿੱਲ। ਉਹਨਾਂ ਪਹਿਲਾਂ ਇਹਦੇ 'ਤੇ ਹੈਗਾ 200 ਲੀਟਰ ਦਾ ਮੇਵਾ ਸਿੰਘ 'ਤੇ, ਇਸੇ ਥਾਣੇ 'ਤੇ ਪਰਚਾ ਦਰਜ ਹੈ। ਪਹਿਲਾਂ ਮੋਗਾ ਤੋਂ ਚਮਕੌਰ ਸਿੰਘ ਲੋਪੋ ਅਤੇ ਕੁਲਦੀਪ ਘੋਲੀਆ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।